जी मैम, गुड मॉर्निंग। गुड मॉर्निंग मैम। ठीक है, साउंड तो ठीक है। आवाज आ रही है मैम? आ रही, आ रही, आ रही। हाँ जी, गुड मॉर्निंग मैम। मैम मैं शेयर करा स्क्रीन? हाँ, फर्स्ट कर दो स्लाइड। जी जी मैं वही करने लगी। हाँ जी मैम। जी जी हो रही है, बस ठीक है, हो रही है। हाँ जी, हाँ जी मैम। पीछे मैम, पीछे पीछे थोड़ी हॉकर्स की आवाज आएगी क्योंकि मैं बाहर बैठी हूँ। नहीं कोई गल नहीं, कोई गल नहीं, ना तो हम बियर करना पड़ेगा, कोई मैटर नहीं। हाँ जी, हाँ जी, बस ठीक है, कोई गल नहीं, आप कर दें जी। 7 to 8 minutes होंगे जी। हाँ जी, मैं स्टार्ट कर। हाँ जी, हाँ जी, हाँ जी, हाँ जी, फोन म्यूट कर, म्यूट कर दिए फिर। ओके ठीक है जी।
लैपटॉप फड़ा दो जी मैम, स्टार्ट करिए जी। हाँ जी, हाँ जी मैम, बस मैम हाँ जी, हाँ जी मैम, हाँ जी, हाँ जी, कर लगी स्टार्ट। हाँ जी, हाँ जी, माई सेल्फ विभा चौहान एंड आई एम फ्रॉम गवर्नमेंट आईटीआई वुमेन बेरीगेट अमृतसर। देयर आई एम द इंस्ट्रक्टर ऑफ फैशन डिजाइन टेक्नोलॉजी। आई वुड लाइक टू थैंक्स आवर डिप्टी डायरेक्टर मिस्टर विजेंद्र धवन एंड अदर ऑफिशियल्स ऑफ डिपार्टमेंट ऑफ टेक्निकल एजुकेशन एंड इंडस्ट्रियल ट्रेनिंग विंग, हू हैज गिवन मी द ग्रेट प्लेटफॉर्म ऑफ निम्बी। The topic on which I am going to speak is drafting of skirts, that is 3/4 circular skirt, box pleated skirt and divided skirt. ਹੁਣ ਮੈਂ ਤੁਹਾਨੂੰ ਆਪਣੇ ਇੰਸਟੀਚਿਊਟ ਬਾਰੇ ਥੋੜੀ ਇੱਕ ਜਾਣਕਾਰੀ ਦੇਣ ਲੱਗੀ ਆ। ਗੌਰਮੈਂਟ ਟ੍ਰੇਨਿੰਗ ਇੰਸਟੀਚਿਊਟ ਬੇਰੀਗੇਟ ਵਿਖੇ ਸਥਿਤ ਹੈ ਅੰਮ੍ਰਿਤਸਰ ਦੇ ਵਿੱਚ। ਇੱਥੇ ਜਿਹੜੇ ਟ੍ਰੇਡਸ ਚੱਲਦੇ ਨੇ ਉਹ ਨੇ ਕਟਿੰਗ, ਟੇਲਰਿੰਗ, ਐਮਬਰਾਇਡਰੀ ਐਂਡ ਟੀਚਰ ਟ੍ਰੇਨਿੰਗ, ਸੂਇੰਗ ਟੈਕਨੋਲੋਜੀ एक साल का कोर्स है, सरफेस ऑर्नामेंटेशन टेक्निक कढ़ाई की जिहड़ी क्लास है जिन्हों असी कढ़ाई की क्लास कहने जो वै एक साल का कोर्स है। फैशन डिजाइन टेक्नोलॉजी एक साल का कोर्स चलता है इतने। बेसिक कॉस्मेटोलॉजी ब्यूटी के नाल रिलेटेड जो कोर्स है वह भी एक साल का है। ड्राफ्टमैन सिविल जिस नक्शे बनाने सिखाए जाते हैं इमारतों के,
ਉਹਦੇ 2 ਸਾਲਾਂ ਦਾ ਕੋਰਸ ਹੈ ICTSM ਵੀ 2 ਸਾਲਾਂ ਦਾ ਕੋਰਸ ਹੈ ਤੇ ਸਾਡੇ ਪ੍ਰਿੰਸੀਪਲ ਸਰ ਦਾ ਨਾਮ ਹੈ ਕਿਰਪਾਲ ਸਿੰਘ ਤੇ ਉਹਨਾਂ ਦਾ ਕੰਟੈਕਟ ਨੰਬਰ 9815791144 ਇੱਥੇ ਹੇਠਾਂ ਦਿੱਤਾ ਗਿਆ ਹੈ ਜੇ ਤੁਹਾਡੀ ਕੁਐਰੀ ਹੈ ਜੇ ਕੁਝ ਪੁੱਛਣਾ ਚਾਹੁੰਦੇ ਹੋ ਐਡਮਿਸ਼ਨ ਦੇ ਰਿਗਾਰਡਿੰਗ ਜਾਂ ਹੋਰ ਵੀ ਕਿਸੇ ਚੀਜ਼ ਦੇ ਰਿਗਾਰਡਿੰਗ ਤੁਸੀਂ ਪੁੱਛ ਸਕਦੇ ਹੋ ਥੈਂਕ ਯੂ ਵੀਕ ਨੰਬਰ 38 ਹੁਣ ਅਸੀਂ ਆਪਣੇ ਟੌਪਿਕ ਤੇ ਆ ਰਹੇ ਹਾਂ ਵੀਕ ਨੰਬਰ 38 ਦਾ ਟੌਪਿਕ ਹੈ 38-39 ਦਾ ਇੰਟਰੋਡਕਸ਼ਨ ਆਫ 3-4 ਸਰਕੂਲਰ ਸਕਰਟ ਅੱਜ ਜਿਹੜੇ ਅਸੀਂ ਟੌਪਿਕ ਡਿਸਕਸ ਕਰਾਂਗੇ 3-4 ਸਰਕੂਲਰ ਸਕਰਟ ਹੁੰਦੀ ਹੈ ਫੁੱਲ ਸਰਕੂਲਰ ਸਕਰਟ ਡਿਸਕਸ ਕੀਤੀ ਸੀ ਹੁਣ ਜੇ ਸਾਡੇ ਕੋਲ ਕੱਪੜਾ ਘੱਟ ਹੈ ਤੇ ਅਸੀਂ ਸਰਕੂਲਰ ਸਕਰਟ ਕਿੱਦਾਂ ਡਰਾਫਟ ਕਰਾਂਗੇ ਡਰਾਫਟਿੰਗ ਉਹਦੀ ਸਮਝਾਂਗੇ ਲੇਆਊਟ ਸਮਝਾਂਗੇ ਕਟਾਈ ਸਮਝਾਂਗੇ ਤੇ ਸਟਿਚਿੰਗ ਸਮਝਾਂਗੇ ਫਿਰ ਸੈਕਿੰਡ ਟੌਪਿਕ ਸਾਡਾ ਹੋਏਗਾ ਇੰਟਰੋਡਕਸ਼ਨ ਆਫ ਬੋਕਸ ਫਿੱਟ ਸਕਰਟ ਜਿਹਦੇ ਵਿੱਚ ਬੋਕਸ ਫਿੱਟ ਪੈਂਦੇ ਹੈ ਤੇ ਉਹ ਇੱਕ ਇੰਟਰੋਡਕਸ਼ਨ ਆਫ ਸਕਰਟ ਤੁਸੀਂ ਇਮੇਜ ਦੇ ਵਿੱਚ ਵਿਵਾ ਮੈਮ ਜੀ ਹਾਂਜੀ ਮੈਮ ਕਨੈਕਸ਼ਨ ਹਾਂਜੀ ਬਸ ਆ ਰਹੀ ਹਾਂ ਹਾਂਜੀ ਹਾਂਜੀ ਫੁੱਲ ਲੰਬਾਈ 38 ਸੈਂਟੀਮੀਟਰ ਕਮਰ ਤੋਂ ਗੋਡਿਆਂ ਤੱਕ ਦੀ ਲੰਬਾਈ ਕਮਰ ਤੋਂ ਹਿਪ ਤੱਕ ਦੀ ਲੰਬਾਈ 13.2 ਸੈਂਟੀਮੀਟਰ ਕਮਰ ਜਿਹੜੀ ਚਾਹੀਦੀ ਹੈ 56 ਸੈਂਟੀਮੀਟਰ ਹਿਪ ਹੈਗੀ ਹੈ 62 ਸੈਂਟੀਮੀਟਰ ਤੇ ਸਕੇਲ ਅਸੀਂ ਜਿਹੜਾ ਯੂਜ਼ ਕੀਤਾ ਹੈ 1:5 ਸਕੇਲ ਯੂਜ਼ ਕੀਤਾ ਹੈ ਹੁਣ ਅਸੀਂ ਡਰਾਫਟਿੰਗ ਸਮਝਾਂਗੇ 3-4 ਸਰਕੂਲਰ ਸਕਰਟ ਦੀ 0-1 ਡਾਇਗ੍ਰਾਮ ਦੇ ਵਿੱਚ ਦੇਖੋ ਡਰਾਫਟ ਦੇ ਵਿੱਚ 0-1 ਕਮਰ ਦਾ 4.71 ਮਤਲਬ ਕਮਰ ਜਿੰਨੀ ਹੈਗੀ ਹੈ ਉਹਨੂੰ 4.71 ਮੇਜਰਮੈਂਟ ਦੇ ਨਾਲ ਅਸੀਂ ਡਿਵਾਈਡ ਕਰ ਦੇਣਾ ਹੈ ਇਹਦੇ ਨਾਲ ਸਾਡਾ ਬਿਲਕੁਲ ਕਰੈਕਟ ਜਿਹੜਾ ਵੈ ਮੇਜਰਮੈਂਟ ਨਿਕਲੇਗੀ ਕਮਰ ਦੀ ਜਿਹੜੀ ਕਿ 11.8 ਸੈਂਟੀਮੀਟਰ ਆਏਗੀ 0-2 0-A ਦੇ ਬਰਾਬਰ ਤੇ 0-A 0-1 ਦੇ ਬਰਾਬਰ 11.8 ਸੈਂਟੀਮੀਟਰ ਜਿਹੜਾ ਕਮਰ ਦਾ 4.71 ਅਸੀਂ ਹਿੱਸਾ ਕੱਢਿਆ ਵੈ ਉਹ ਆ ਜਾਏਗਾ 1-3 ਕੁੱਲ ਲੰਬਾਈ ਇਕੁਅਲ ਟੂ 38 ਸੈਂਟੀਮੀਟਰ ਮਾਈਨਸ ਬੈਲਟ 4 ਸੈਂਟੀਮੀਟਰ ਬੈਲਟ ਦੀ ਲੰਬਾਈ 38 ਸੈਂਟੀਮੀਟਰ ਸਾਡੀ ਕੁੱਲ ਲੰਬਾਈ ਹੈ ਅਸੀਂ 4 ਸੈਂਟੀਮੀਟਰ ਲੈਸ ਕਰ ਦਾਂਗੇ ਤੇ ਸਾਡਾ 34 ਸੈਂਟੀਮੀਟਰ ਆ ਜਾਏਗਾ 2-4 1-3 ਦੇ ਬਰਾਬਰ 34 ਸੈਂਟੀਮੀਟਰ A-B 1-3 ਦੇ ਬਰਾਬਰ 34 ਸੈਂਟੀਮੀਟਰ ਹੁਣ ਅਸੀਂ ਕੀ ਕਰਨਾ ਵੈ 3 ਲੈ ਕੇ 20 ਦਾ ਅੱਧ ਕਰਨਾ ਹੈ ਦੇਖ ਰਹੇ ਹੋ ਡੋਟਡ ਲਾਈਨ ਹੈ 3 ਲੈ ਕੇ 20 ਤੱਕ ਉਹਨੂੰ ਮਈਅਰ ਕਰ ਲੈਣਾ ਉਸ ਤੋਂ ਬਾਅਦ ਉਹਦਾ ਦੂਸਰਾ ਹਿੱਸਾ ਕੱਢ ਦੇਣਾ ਤੇ ਸੀ ਪੁਆਇੰਟ ਆ ਜਾਏਗਾ ਸੀ ਤੋਂ ਅਸੀਂ ਟੇਢੀ ਰੇਖਾ ਖਿੱਚਣੀ ਹੈ ਡੀ ਨੂੰ ਮਿਲਾਉਂਦੇ ਹੋਏ 0 ਤੱਕ ਆ ਜਾਏਗੀ ਉਹ ਰੇਖਾ 0-D ਜਿਹੜੀ ਹੈ ਕਮਰ ਦਾ ਫਿਰ 4.71 ਅਸੀਂ ਹਿੱਸਾ ਕੱਢਾਂਗੇ ਤੇ 11.8 ਸੈਂਟੀਮੀਟਰ ਆਏਗਾ ਡੀ ਤੋਂ ਈ ਇਜ਼ ਇਕੁਅਲ ਟੂ A-B ਦੇ ਬਰਾਬਰ 35 ਸੈਂਟੀਮੀਟਰ ਡੀ ਤੋਂ A-2 ਦੋ ਨੂੰ ਤਿਆਰ ਕਮਰ ਦੀ ਸ਼ੇਪ ਦੋ ਡੀ ਤੋਂ A-2 ਤੱਕ ਇਹ ਸਾਡੀ ਕਮਰ ਦੀ ਸ਼ੇਪ ਆਏਗੀ ਇਹਦੇ ਵਿੱਚ 1-D ਅਸੀਂ ਨਹੀਂ ਐਡ ਕਰਾਂਗੇ ਉਹ ਡੋਟਡ ਬਾਈ ਸ਼ੋ ਕੀਤਾ ਹੈ ਉਹ ਸਿਰਫ ਗਾਈਡਲਾਈਨਸ ਵਾਸਤੇ ਅਸੀਂ ਯੂਜ਼ ਕਰਦੇ ਪਏ ਹਾਂ ਇਸ ਕਰਕੇ ਡੀ ਤੋਂ A-2 ਸਾਡੀ ਤਿਆਰ ਕਮਰ ਆਏਗੀ ਘੇਰੇ ਦੀ ਸ਼ੇਪ ਲਈ ਅਸੀਂ E-B 2-4 ਤੱਕ ਸ਼ੇਪ ਦੇਵਾਂਗੇ ਇਹ ਡੀਸੀ 3-4 ਸਕਰਟ ਦੀ ਡਰਾਫਟਿੰਗ ਸਰਕੂਲਰ ਸਕਰਟ ਦੀ ਹੁਣ ਅਸੀਂ ਬੈਲਟ ਦੀ ਡਰਾਫਟਿੰਗ ਕਰਨ ਜਾ ਰਹੇ ਹਾਂ
बेड ध्यान ना देखो, बेड दे विच की करांगे सी, 0 तो 1, 2 तो 3 दे बराबर 4 सेंटीमीटर, 0 तो 2 इज इक्वल टू 1 तो 3 दे बराबर कमर दा दूजा हिस्सा, कमर 56 सेंटीमीटर, एदा तो जो असी दूजा हिस्सा कड्डा साडा जी, 0 तो 1 तो 3 दे बराबर कमर दा जो दूजा हिस्सा 56 दूजा हिस्सा करेंगे ते 28 सेंटीमीटर आ जाएगा, 2 तो 4 3 तो 5 दे बराबर 3 सेंटीमीटर, बटन टेप ले ऐसी लवांगे, ऐसी साडी ड्राफ्टिंग बेल्ट दी। हुण असी लेआउट देखते हां, ले विच असी एस्टीमेशन ऑफ क्लोथ लगाना है, अनुमान लगाना कि सानू किन्ना कपड़ा लगेगा। तुसीं लेआउट च देख रहे होगे, मैं उपर ते नीचे हेठां खब्बे पासे ते सज्जे पासे दो स्कर्ट दे पीस कड्डे है ते नाल उन्हां दे सिलाई हक रखे है, ते विचकार मैं जिथे जगह बची है वेस्ट कपड़ा ना होए ऐस करके उत्थों मैं बेल्ट ते प्लैकेट कड ली है। एस्टीमेशन ऑफ क्लोथ, अनुमानित कपड़ा, स्केल जिहड़ा यूज किया है 1:5 स्केल यूज किया है, जिवें 100 सेंटीमीटर अर्ज विच 62 सेंटीमीटर हिप दी 3/4 सर्कुलर स्कर्ट नूं 88 सेंटीमीटर कपड़ा लगेगा, ते उहदी तुसीं लंबाई देखो जिहड़ी आ रही है 88 सेंटीमीटर आ रही है, जिहड़ा कि 88 पॉइंट दे बराबर है। ऐ सी साडा लेआउट 3/4 सर्कुलर स्कर्ट दा। हुण असीं कटिंग दी इंस्ट्रक्शन समझण जा रहे हां कि इहदी कटिंग किद्दां है। कटिंग इंस्ट्रक्शन सब स्टेप नंबर 1, सब तो पहला कपड़े नूं टेबल उपर विछाओ। स्टेप नंबर 2, पैटर्न नूं पिन दी मदद नाल लेआउट मुताबक कपड़े उपर जमाओ, लोड़िंदा सिलाई हक लै के कपड़े उपर मार्किंग करो। स्टेप नंबर 3, 3/4 सर्कल स्कर्ट दी कमर उपर 1.5 सेंटीमीटर बेल्ट जोड़न लई सिलाई हक लवो, घेरे नूं फिनिश करन लई 2.5 सेंटीमीटर सिलाई हक लवो, साइड सीम जोड़न लई 2.5 सेंटीमीटर सिलाई हक लवो। स्टेप नंबर 4, बेल्ट फिनिश करन लई 1.5 सेंटीमीटर दा सिलाई हक लवो। स्टेप नंबर 5, प्लैकेट लई 10 सेंटीमीटर लंबी ते 8 सेंटीमीटर लंबी 2 पट्टियां कट्टो। स्टेप नंबर 6, लगाए गए निशाना उपर कैंची नाल कटाई करो। ऐ सी साडियां कटिंग इंस्ट्रक्शंस। उस तों बाद असीं डिस्कस करदे हां सीविंग। सीविंग दे विच असीं दिखांगे स्टेप बाय स्टेप तरां उहदी सिलाई करनी है। स्टिचिंग इंस्ट्रक्शंस, स्टेप नंबर 1, सब तों पहला स्कर्ट दे दो हिस्सिआं नूं आपस विच जोड़ के अगला ते पिछला हिस्सा तैयार कर लवो। स्टेप नंबर 2, साइड सीम लगांदे होए खब्बे पासे 2 पीस ब्लैकेट नूं सिलाई करके फिनिश करो। स्टेप नंबर 3, इस पड़ा उपर बेल्ट नूं सिलाई करके तैयार करो, ते जिहड़ी तैयार कीती हुई बेल्ट है उसनूं कमर दे नाल सिलाई करके जोड़ो। स्टेप नंबर 4, सर्कल स्कर्ट दे घेरे नूं फिनिश करन लई ईज इन हैम, ए इक स्पैशल सीम हुंदी है, तुसीं सैंपलां दे विच कीती होएगी, ईज इन हैम सिलाई दी वरतों करो, घेरे नूं पीको भी कीता जा सकदा है। स्टेप नंबर 5, आखिर स्टेप उपर स्कर्ट दी चौड़ी हुक ते छोटियां हुकां हथ नाल लगा के उस दीआं हाइयां बनाओ ते उसनूं फिनिश करो, ते प्रेसिंग करके ओ गारमेंट नूं कंप्लीट करो। सी ऐ सी साडा 3/4 सर्कुलर दी ड्राफ्टिंग, लेआउट, कटिंग ते स्टिचिंग। नेक्स्ट असी जिहड़ा करन जा रहे हां, इंट्रोडक्शन ऑफ बॉक्स प्लीट स्कर्ट। बॉक्स प्लीटेड स्कर्ट केड़ी हुंदी है? ऐ ज्यादातर तुसीं देखिया होएगा कि स्कूल दीआं यूनिफॉर्म्स दे विच ऐ यूज कीती जांदी है, इहदे नाल बिब अटैच हुंदी है, स्कूल दीआं यूनिफॉर्म्स दे विच इहनूं यूज कीता जांदा है। तुसीं देख ही रहे हो इहदे विच बॉक्स प्लीट बणे हुए है, थल्ले ओ फ्लेयर्ड है, कमर तो टाइट है, बेल्ट वेस्ट बैंड दे विच है, स्टिच किया गया है सारे घेरे नूं प्लीट्स दे विच दे के। मेजरमेंट्स रिक्वायर्ड टू मेक ए बॉक्स प्लीटेड स्कर्ट। बॉक्स प्लीटेड स्कर्ट नूं बनाउण लई जिहड़ियां जरूरी नाप जिहड़े सानूं चाहीदे ने उह ने कुल लंबाई 38 सेंटीमीटर कमर तो गोडिआं तक दी लंबाई, कमर तो हिप तक दी लंबाई 13.2 सेंटीमीटर, कमर साडी है 56 सेंटीमीटर, हिप साडी है 62 सेंटीमीटर, रेडी प्लीट दी चौड़ाई, प्लीट दी जो रेडी चौड़ाई आएगी वह 9.3 सेंटीमीटर आएगी। स्केल जिहड़ा यूज किया सी 1:5 स्केल यूज किया है।
ਡਰਾਫਟਿੰਗ ਆਫ ਬਾਕਸ ਗ੍ਰੀਟਿੰਗ ਕਾਰਡ ਤੁਸੀਂ ਹੁਣ ਇਹਦੇ ਵਿੱਚ ਡਰਾਫਟ ਦੇਖ ਰਹੇ ਹੋਗੇ ਸਭ ਤੋਂ ਪਹਿਲੇ ਅਸੀਂ ਕੀ ਕੀਤਾ ਹੈ ਜ਼ੀਰੋ ਤੋਂ ਇੱਕ ਕੁੱਲ ਲੰਬਾਈ ਮਾਈਨਸ 4 ਸੈਂਟੀਮੀਟਰ ਬੈਲਟ ਦੀ ਚੌੜਾਈ ਬੈਲਟ ਦੀ ਚੌੜਾਈ ਜਿਹੜੀ ਸੀ ਉਹ 4 ਸੈਂਟੀਮੀਟਰ ਸੀ ਕੁੱਲ ਲੰਬਾਈ ਦੇ ਵਿੱਚੋਂ ਅਸੀਂ ਜਦੋਂ ਲੈਸ ਕਰ ਦਿੱਤੀ ਤੇ ਸਾਡਾ 34 ਸੈਂਟੀਮੀਟਰ ਆ ਗਿਆ ਕੁੱਲ ਲੰਬਾਈ ਸੀ ਸਾਡੀ 38 ਸੈਂਟੀਮੀਟਰ ਇਹਦੇ ਵਿੱਚ ਜਦੋਂ 4 ਚ ਲੈਸ ਕੀਤਾ ਤੇ ਸਾਡਾ ਆ ਗਿਆ 34 ਸੈਂਟੀਮੀਟਰ ਉਸ ਤੋਂ ਬਾਅਦ ਜ਼ੀਰੋ ਤੋਂ ਜਿਹੜਾ ਅਗਲਾ ਲੈ ਉਹਨੂੰ ਕਿੱਦਾਂ ਕੱਢਣਾ ਕਮਰ ਨੂੰ ਪਹਿਲੇ 3 ਨਾਲ ਗੁਣਾ ਕਰਨਾ ਤੇ ਫਿਰ ਉਹਨੂੰ 2 ਨਾਲ ਡਿਵਾਈਡ ਕਰ ਦੇਣਾ ਜਿੱਦਾਂ ਹੁਣ ਕਮਰ ਸੀ ਸਾਡੀ 56 ਸੈਂਟੀਮੀਟਰ ਇਹਨੂੰ ਜਦੋਂ 3 ਨਾਲ ਗੁਣਾ ਕਰਨਾ ਤੇ 168 ਆ ਜਾਏਗਾ 168 ਨੂੰ ਅਸੀਂ ਕੀ ਕਰਨਾ ਫਿਰ 2 ਚ ਡਿਵਾਈਡ ਕਰਨਾ 84 ਸੈਂਟੀਮੀਟਰ ਆਏਗਾ 84 ਸੈਂਟੀਮੀਟਰ ਅਗਲਾ ਪੱਲਾ ਤੇ 84 ਸੈਂਟੀਮੀਟਰ ਹੀ ਪਿਛਲਾ ਪੱਲਾ ਅਸੀਂ ਲਵਾਂਗੇ ਧਿਆਨ ਦਿਓ ਜਦੋਂ ਵੀ ਅਸੀਂ ਕੋਈ ਵੀ ਬਾਕਸ ਪਲੀਟਡ ਜਾਂ ਪਲੀਟਡ ਸਕਰਟ ਕਟਨਿੰਗ ਕੱਢਣੀ ਹੈ ਤੇ ਉਸੇ ਕਮਰ ਨੂੰ 3 ਦੇ ਨਾਲ ਗੁਣਾ ਜ਼ਰੂਰ ਕਰਨਾ ਹੈ 3 ਦੇ ਨਾਲ ਗੁਣਾ ਕਰਕੇ ਕਿਉਂਕਿ ਇੱਕ ਪਲੀਟ ਬਣਾਉਣ ਲਈ 3 ਗੁਣਾ ਕੱਪੜਾ ਲੱਗਦਾ ਹੈ ਇਸ ਕਰਕੇ ਅਸੀਂ ਉਹਨੂੰ 3 ਦੇ ਨਾਲ ਗੁਣਾ ਕਰਦੇ ਹਾਂ ਨੋਟ ਪਲੀਟਡ ਸਕਰਟ ਬਣਾਉਣ ਲਈ ਕਮਰ ਨੂੰ 3 ਨਾਲ ਗੁਣਾ ਕਰੋ ਜਿਵੇਂ 56 ਨੂੰ ਅਸੀਂ 3 ਨਾਲ ਗੁਣਾ ਕੀਤਾ ਇੱਥੇ ਤੇ 168 ਸੈਂਟੀਮੀਟਰ ਆਇਆ ਜਿਹਨੂੰ ਮਲਟੀਪਲਾਈ ਵੀ ਕਹਿੰਦੇ ਹਾਂ ਕੱਪੜਾ ਲੱਗੇਗਾ ਇੰਨਾ ਕੱਪੜਾ ਸਾਨੂੰ ਚਾਹੀਦਾ ਸਾਰੀ ਸਾਰੀ ਤੱਕ ਗੁਲਾਈ ਤੱਕ ਸਾਨੂੰ 168 ਸੈਂਟੀਮੀਟਰ ਚਾਹੀਦਾ ਅਗਲੇ ਦੇ ਪਿੱਛੇ ਅਲੱਗ ਅਲੱਗ ਕਰਦੇ ਨੂੰ ਅਸੀਂ 2 ਨਾਲ ਪਿੱਛੇ ਤੁਹਾਨੂੰ ਦੱਸਿਆ ਵਾ ਡਿਵਾਈਡ ਕਰ ਦਿੱਤਾ ਤੇ 84 ਸੈਂਟੀਮੀਟਰ ਆ ਗਿਆ ਸੀ ਜੇ ਅਸੀਂ ਅੱਗੇ ਤੇ ਪਿੱਛੇ ਕੁੱਲ ਮਿਲਾ ਕੇ 6 ਪਲੀਟ ਪਾਉਣੇ ਹੈ ਤਾਂ 168 ਸੈਂਟੀਮੀਟਰ ਨੂੰ 6 ਨਾਲ ਤਕਸੀਮ ਕਰੋ 6 ਨਾਲ ਡਿਵਾਈਡ ਹੁਣ ਜਿੰਨੇ ਵੀ ਅਸੀਂ ਪਲੀਟ ਪਾਏ ਪਹਿਲੇ ਤੇ ਕਮਰ ਨੂੰ 3 ਗੁਣਾ ਕਰ ਲਿਆ ਠੀਕ ਹੈ 3 ਗੁਣਾ ਕਰਨ ਤੋਂ ਬਾਅਦ ਅਸੀਂ ਵੇਖਣਾ ਕਿ ਅਸੀਂ ਉਹ ਚ ਪਲੀਟ ਕਿੰਨੇ ਪਾਣੇ ਅਸੀਂ 6 ਪਾਣੇ 3 ਅੱਗੇ ਤੇ 3 ਪਿੱਛੇ ਅਸੀਂ ਕੀ ਕਰਾਂਗੇ 168 ਨੂੰ 6 ਨਾਲ ਡਿਵਾਈਡ ਕਰ ਦਾਂਗੇ ਤੇ ਸਾਡਾ 28 ਸੈਂਟੀਮੀਟਰ ਆਏਗਾ ਹੁਣ 28 ਸੈਂਟੀਮੀਟਰ ਪੂਰੀ ਪਲੀਟ ਦੀ ਵਿਡਥ ਆਏਗੀ ਮਤਲਬ ਉਹਦੇ ਵਿੱਚ ਹੀ ਉਹਦਾ ਦਬਾਅ ਆਏਗਾ ਉਹਦੇ ਵਿੱਚ ਹੀ ਉਹਦੀ ਰੈਡੀ ਪਲੀਟ ਬਣੇਗੀ ਉਹ 28 ਸੈਂਟੀਮੀਟਰ ਆਵੇਗੀ ਜਿਹੜਾ ਕਿ ਇੱਕ ਪਲੀਟ ਬਣਾਉਣ ਲਈ ਕੱਪੜਾ ਲੱਗੇਗਾ ਇੱਕ ਪਲੀਟ ਬਣਾਉਣ ਲਈ ਸਾਨੂੰ ਇੱਥੇ 28 ਸੈਂਟੀਮੀਟਰ ਕੱਪੜਾ ਲੱਗੇਗਾ ਪਲੀਟ ਦੀ ਚੌੜਾਈ ਹੁਣ ਅਸੀਂ ਪਲੀਟ ਦੀ ਚੌੜਾਈ ਕਿੱਦਾਂ ਕਰਨੀ ਹੈ ਕੱਢਣੀ ਹੈ ਪਹਿਲੇ 28 ਸੈਂਟੀਮੀਟਰ ਜਿਹੜਾ ਕੱਢਿਆ ਵਾ ਉਸ ਟੋਟਲ ਕੱਪੜਾ ਅਸੀਂ ਕੱਢਿਆ ਵਾ ਕਿ ਪਲੀਟ ਦਾ ਟੋਟਲ ਕੱਪੜਾ ਕਿੰਨਾ ਹੋਏਗਾ 28 ਸੈਂਟੀਮੀਟਰ ਚ ਇੱਕ ਪਲੀਟ ਬਣੇਗਾ ਹੁਣ ਮੈਂ ਤੁਹਾਨੂੰ ਪਹਿਲੇ ਕੀ ਦੱਸਦੀ ਹਾਂ ਕਿ ਹਰ ਬਾਕਸ ਪਲੀਟ ਨੂੰ 3 ਗੁਣਾ ਕੱਪੜਾ ਲੱਗਦਾ ਹੈ ਹੁਣ ਕੀ ਕਰਾਂਗੇ ਅਸੀਂ ਪਲੀਟ ਦੀ ਚੌੜਾਈ ਕੱਢਣ ਲਈ 168 ਨੂੰ ਪਹਿਲੇ 6 ਨਾਲ ਡਿਵਾਈਡ ਕੀਤਾ ਤੇ 28 ਆ ਗਿਆ 28 ਨੂੰ ਫਿਰ ਅਸੀਂ 3 ਦੇ ਨਾਲ ਡਿਵਾਈਡ ਕੀਤਾ ਕਿਉਂਕਿ 3 ਗੁਣਾ ਹੈ ਤੇ 3 ਨਾਲ ਡਿਵਾਈਡ ਕੀਤਾ 9.3 ਸੈਂਟੀਮੀਟਰ ਦਾ ਰੈਡੀ ਪਲੀਟ ਆਏਗਾ ਰੈਡੀ ਪਲੀਟ ਕੱਢਣ ਵਾਸਤੇ ਕੀ ਕਰਾਂਗੇ 28 ਨੂੰ ਫਿਰ 3 ਨਾਲ ਡਿਵਾਈਡ ਕਰ ਦਾਂਗੇ 9.3 ਸੈਂਟੀਮੀਟਰ ਦਾ ਸਾਡਾ ਪਲੀਟ ਆ ਜਾਏਗਾ ਕਮਰ ਨੂੰ 3 ਨਾਲ ਗੁਣਾ ਕਰੋ ਮੈਂ ਫਿਰ ਐਕਸਪਲੇਨ ਕਰਨ ਲੱਗੀ ਕਮਰ ਨੂੰ 3 ਨਾਲ ਗੁਣਾ ਕਰੋ ਜਿਵੇਂ 56 ਸੈਂਟੀਮੀਟਰ ਨੂੰ 3 ਨਾਲ ਗੁਣਾ ਕੀਤਾ ਸੀ 168 ਸੈਂਟੀਮੀਟਰ ਕੱਪੜਾ ਲੱਗੇਗਾ 168 ਸੈਂਟੀਮੀਟਰ ਜਿਹੜਾ ਕੱਪੜਾ ਹੈਗਾ ਸੀ ਉਹਨੂੰ ਫਿਰ ਜਦੋਂ ਅਸੀਂ 3 ਦੇ ਨਾਲ ਜਦੋਂ ਅਸੀਂ ਉਹਨੂੰ 6 ਤੋਂ ਡਿਵਾਈਡ ਕਰਨ ਤੋਂ ਬਾਅਦ 3 ਨਾਲ ਡਿਵਾਈਡ ਕਰਾਂਗੇ ਤੇ 9.3 ਆ ਜਾਏਗਾ ਹੁਣ 0 ਤੋਂ ਇਹ ਜਿਹੜਾ ਲਿੱਤਾ ਮੈਂ 9.3 ਲਿੱਤਾ ਹੈ 0 ਤੋਂ ਇਹ 9.3 A ਤੋਂ B B ਤੋਂ C C ਤੋਂ D D ਤੋਂ E E ਤੋਂ F F ਤੋਂ G G ਤੋਂ H H ਤੋਂ 2 ਇਹ ਜਿਹੜਾ ਵਾ 0 ਤੋਂ A ਦੇ ਬਰਾਬਰ ਹੈ ਤੇ 0 ਤੋਂ A ਅਸੀਂ ਪਿੱਛੇ ਲਿੱਤਾ ਸੀ 9.3 ਸੈਂਟੀਮੀਟਰ ਐਸੇ ਪਲੀਟ ਬਣਨੇ ਤੇ ਸਾਨੂੰ ਘੇਰੇ 'ਚ ਵੀ ਮਾਰਕਿੰਗ ਕਰਨੀਆਂ ਪੈਣੀਆਂ ਤੇ ਘੇਰੇ ਵਾਸਤੇ 1 ਤੋਂ A1 9.3 ਸੈਂਟੀਮੀਟਰ A1 ਤੋਂ B1 B1 ਤੋਂ C1 C1 ਤੋਂ D1 D1 ਤੋਂ E1 E1 ਤੋਂ F1 F1 ਤੋਂ G1 G1 ਤੋਂ H1 H1 ਤੋਂ 3 ਤੱਕ ਅਸੀਂ 9.3 ਲੈ ਲਾਂਗੇ ਤੇ ਸਿੱਧੀਆਂ ਲਾਈਨਾਂ ਖਿੱਚ ਲਵਾਂਗੇ ਤੁਸੀਂ ਦੇਖਦੇ ਹੋਗੇ ਜਿੱਥੇ ਤਿਕੋਣੀਆਂ ਲਾਈਨਾਂ ਬਣੀਆਂ ਨੇ ਉਹ ਪਲੀਟ ਦੇ ਅੰਦਰ ਵਾਲੀ ਜਿਹੜੀ ਉਹਨੂੰ ਪਲੀਟ ਨੂੰ ਬਣਾਉਣ ਵਾਸਤੇ ਜਿਹੜਾ ਕੱਪੜਾ ਚਾਹੀਦਾ ਇਹ ਕੱਪੜਾ ਹੈ ਰੈਡ ਪਲੀਟ ਜਿਹੜੇ ਤੁਹਾਨੂੰ ਹੁੰਦੇ ਪਏ ਹੈ ਉਹ 3 ਹੁੰਦੇ ਪਏ ਹੈ ਸਹੀ A ਤੋਂ B D ਤੋਂ E ਤੇ G ਤੋਂ H ਇਹ ਸਾਡਾ ਰੈਡੀ ਪਲੀਟ ਦਾ ਸਾਨੂੰ ਸ਼ੋ ਹੋ ਰਿਹਾ ਹੈ ਉਸ ਤੋਂ ਬਾਅਦ ਡਰਾਫਟਿੰਗ ਦੀ ਹੁਣ ਅਸੀਂ ਬੈਲਟ ਦੀ ਡਰਾਫਟਿੰਗ ਸਮਝਣ ਲੱਗੇ ਹਾਂ 0 ਤੋਂ 1 2 ਤੋਂ 3 ਦੇ ਬਰਾਬਰ 4 ਸੈਂਟੀਮੀਟਰ 0 ਤੋਂ 2 1 ਤੋਂ 3 ਦੇ ਬਰਾਬਰ ਕਮਰ ਦਾ ਦੂਜਾ ਹਿੱਸਾ 56 ਦਾ ਦੂਜਾ ਹਿੱਸਾ ਤੇ 28 ਸੈਂਟੀਮੀਟਰ
चार तीन तो पांच दे बराबर 3 सेंटीमीटर बटन दे पाई ऐसी साड़ी बेल्ट दी ड्राफ्टिंग लेआउट बॉक्स फिटेड बॉक्स फिटेड स्कर्ट लेआउट करन जा रहे हैं कि असी इनू कपड़ा किस तरह कढ़ना है असी ते अनुमानित क्लोथ केड़ा वा साडा ओ किन्ना है एस्टीमेशन क्लोथ स्केल जेड़ा यूज किया है 1:5 स्केल है जिवें कोई मुश्किल ना आए मैं तुहाडे सामने मैं उत्ते 1.5 सेंटीमीटर का सिलाई हक लग्या है पट्टा अपने 8 सेंटीमीटर लगता है क्योंकि पट्टा जो ज्यादा हैवी फोल्ड किया जाता है बेल्ट मैं साइड तो कढ़ी है जे मैं नीचे समझ जा रहे की कटाई कि कटिंग नंबर 1 सब तो पहला कपड़े टेबल उपर विछाओ सब तो पहला साडा स्टेप ही हमेशा यही होना चाहिए है कि कपड़े बिल्कुल स्मूथ करके विछाओ कोई फट कोई भंग ना हो स्टेप नंबर 2 पैटर्न पिन की मदद ले मुताबिक कपड़े उपर जमाओ लोड़िंदा सिलाई हक लैके कपड़े उपर मार्किंग करो असि इतने पिन की वरतों ता करते हैं जो असि कले काम करते पे हाँ तो सानू किसी की सपोर्ट की लोड़ है कि साडा कपड़ा हिले ना बार बार इस करके असि पिन की वरतों करते हैं स्टेप नंबर 3 ड्राफ्ट तो वेख के अगले अते पिछले हिस्से भी प्लीटा दी घेरे तक नॉचिस लगा के मार्किंग करो जिहड़ा ड्राफ्ट दे विच असी प्लीट रेडी कीते है उन्हां दी प्लीटा दी मार्किंग असी कर देनी है ताकि सानू प्लीट पाउण दे विच जदों असी सिलाई करिए ते सानू कोई मुश्किल ना आए स्टेप नंबर 4 स्कर्ट की कमर उपर 1.5 सेंटीमीटर बेल्ट जोड़न लई सिलाई हक लवो घेरे नू फिनिश करन लई 8 सेंटीमीटर सिलाई हक लवो साइड सीम जोड़न लई 2.5 सेंटीमीटर सिलाई हक लवो स्टेप नंबर 5 बेल्ट फिनिश करन लई 1.5 सेंटीमीटर का सिलाई हक लवो प्लैकेट लई 10 सेंटीमीटर लंबाई ते 8 सेंटीमीटर चौड़ाई दी 2 पट्टियां कट्टो लगाए गए निशाना उपर कैंची नाल कटाई करो ऐसी साडियां कटिंग इंस्ट्रक्शन करीजा सैट करके उस उपर सिलाई करो मतलब सब तो पहले जेडे निशान सी लगाए है वो सैट कर लेने ताकि वो हिलन ना इस करके उन्हूं असी चंगी तरह प्रेस करके ते सिलाई लगा लेने उत्ते कमर वाली साइड साइड सीम लगांदे हुए खब्बे पासे 2 पीस प्लैकेट नू सिलाई करके फिनिश करो स्टेप नंबर 3 इस पड़ाव पर बेल्ट नू सिलाई करके तैयार करो तैयार कीती हुई बेल्ट नू कमर नाल सिलाई करके जोड़ो स्टेप नंबर 4 स्कर्ट दे घेरे नू फिनिश करके फिनिश करन लई अन्नी उलेड़ी जिन्नू कहंदे आ इनविजिबल रिंग ਉਹ ਕਰਨੀ ਹੈ ਅਸੀਂ ਇਹਦੇ ਘੇਰੇ ਵਾਸਤੇ ਤਾਂ ਕਿ ਸਾਡੀ ਫਿਨਿਸ਼ ਬਹੁਤ ਸੋਹਣੀ ਲੱਗੇ ਫਿਨਿਸ਼ ਜਿਹੜੀ ਸਕਰਟ ਬਣਾਵਾਂਗੇ ਉਹ ਬਹੁਤ ਹੀ ਵਧੀਆ ਲੱਗੇ ਵੱਡੇ ਵੱਡੇ ਟਾਂਕੇ ਨਹੀਂ ਭਰਨੇ ਸਟੈਪ ਨੰਬਰ 5 ਆਖਿਰ ਸਟੈਪ ਉੱਪਰ ਸਕਰਟ ਦੀ ਚੌੜੀ ਹੁੱਕ ਤੇ ਛੋਟੀਆਂ ਹੁੱਕਾਂ ਹੱਥ ਨਾਲ ਲਗਾਓ ਅਤੇ ਉਸ ਦੀਆਂ ਹਾਈਆਂ ਬਣਾਓ ਐਸੀ ਸਾਡੀ ਡਰਾਫਟ ਆਫ ਬਾਕਸ ਪਲੀਟਡ ਸਕਰਟ ਦਾ ਹੁਣ ਅਸੀਂ ਡਿਵਾਈਡਡ ਸਕਰਟ ਬਾਰੇ ਜਾਣਕਾਰੀ ਤੁਹਾਨੂੰ ਦੇਣ ਲੱਗੇ ਹਾਂ ਹੁਣ ਤੁਸੀਂ ਡਿਵਾਈਡਡ ਸਕਰਟ ਦੇਖੇ ਇਹਦੇ ਵਿੱਚ ਬਾਕਸ ਪੀ ਵੀ ਹੁੰਦੇ ਹੈ ਤੇ ਇਹਦਾ ਇੱਕ ਆਸਨ ਵੀ ਰੈਡੀ ਹੁੰਦਾ ਹੈ ਜਿਸਦਾ ਪਜਾਮੇ ਦਾ ਆਸਨ ਹੁੰਦਾ ਹੈ ਇਹ ਕਮਰ ਤੋਂ ਟਾਈਟ ਹੁੰਦੀ ਹੈ ਤੇ ਨੀਚੇ ਪਜਾਮੇ ਵਕਨ ਲੂਜ਼ ਹੁੰਦੀ ਹੈ ਮਈਰਮੈਂਟਸ ਰਿਕੁਆਇਰਡ ਟੂ ਮੇਕ ਏ ਫੁੱਲ ਡਿਵਾਈਡਡ ਸਕਰਟ ਫੁੱਲ ਡਿਵਾਈਡਡ ਸਕਰਟ ਬਣਾਉਣ ਵਾਸਤੇ ਸਾਨੂੰ ਜ਼ਰੂਰੀ ਮਾਪ ਚਾਹੀਦੇ ਨੇ ਇਹਦੇ ਵਿੱਚ ਮੈਂ ਮਾਪਾਂ ਦਾ ਵਿੱਚ ਥੋੜੀ ਚੇਂਜਸ ਕੀਤੇ ਇਹ ਥੋੜੀ ਮੈਂ ਟੀਨੇਜਰ ਦੀ ਬਣਾ ਰਹੀ ਹਾਂ ਬਾਈ 40 ਸੈਂਟੀਮੀਟਰ ਕਮਰ 58 ਸੈਂਟੀਮੀਟਰ ਹਿਪ 72 ਸੈਂਟੀਮੀਟਰ ਬੈਲੀ 4 ਸੈਂਟੀਮੀਟਰ ਡਿਵਾਈਡਡ ਸਕਰਟ ਦੀ ਡਰਾਫਟਿੰਗ ਤੁਸੀਂ ਧਿਆਨ ਦਿਓ ਕਿਉਂਕਿ ਇਹਦੇ ਚ ਪੁਆਇੰਟਸ ਜ਼ਿਆਦਾ ਨੇ ਮੈਂ ਬਹੁਤ ਹੀ ਆਰਾਮ ਨਾਲ ਤੁਹਾਨੂੰ ਡਿਸਕਸ ਕਰਕੇ ਦਵਾਂਗੀ 0 ਤੋਂ 1 ਹਿਪ ਦਾ ਚੌਥਾ ਹਿੱਸਾ ਜਮਾ 7.5 ਸੈਂਟੀਮੀਟਰ ਮਾਈਨਸ 4 ਸੈਂਟੀਮੀਟਰ ਬੈਲਟ ਦੀ ਚੌੜਾਈ ਹਿਪ ਦਾ ਚੌਥਾ ਹਿੱਸਾ ਜਿਹੜਾ ਕੱਢਿਆ ਤੇ 18 ਸੈਂਟੀਮੀਟਰ ਹੋਇਆ
ਉਹਦੇ 'ਚ ਜਦੋਂ ਅਸੀਂ ਐਡ ਕਰ ਲਿਆ ਅਤੇ ਮਾਈਨਸ ਕਰ ਲਿਆ 4 ਸੈਂਟੀਮੀਟਰ ਅਤੇ 21.5 ਸੈਂਟੀਮੀਟਰ ਆ ਗਿਆ। ਇਹ ਅਸੀਂ ਜ਼ੀਰੋ ਤੋਂ ਇੱਕ ਲਿਖਤਾ ਹੈ। ਜ਼ੀਰੋ ਤੋਂ ਦੋ ਕੁੱਲ ਲੰਬਾਈ ਮਾਈਨਸ 4 ਸੈਂਟੀਮੀਟਰ। ਜ਼ੀਰੋ ਤੋਂ ਦੋ ਅਸੀਂ ਕੁੱਲ ਲੰਬਾਈ ਦੇਖ ਰਹੇ ਹੋ, ਅਸੀਂ ਲੈਣੀ ਹੈ ਜਿਹੜੀ ਕੁੱਲ ਲੰਬਾਈ ਸੀ ਸਾਡੀ 40 ਸੈਂਟੀਮੀਟਰ, ਉਹਦੇ 'ਚੋਂ ਜਦੋਂ 4 ਲੈਸ ਕੀਤਾ ਤਾਂ 36 ਸੈਂਟੀਮੀਟਰ ਆ ਗਿਆ। ਹੁਣ ਅਸੀਂ ਕੀ ਕਰਨਾ ਹੈ, ਇੱਕ ਤੋਂ ਦੋ ਹਿੱਪ ਦਾ ਚੌਥਾ ਹਿੱਸਾ ਪਲੱਸ 19.5 ਸੈਂਟੀਮੀਟਰ ਅਸੀਂ ਲੂਜ਼ਨੈਸ ਵਾਸਤੇ ਲੈਣੀ ਹੈ ਅਤੇ ਸਾਡਾ ਕੀ ਆਏਗਾ, 37.5 ਸੈਂਟੀਮੀਟਰ ਆ ਜਾਏਗਾ। ਜ਼ੀਰੋ ਤੋਂ ਚਾਰ ਕਮਰ ਵੱਲ ਦੇਖੋ ਤੁਸੀਂ, ਜ਼ੀਰੋ ਤੋਂ ਚਾਰ ਇੱਕ ਤੋਂ ਤਿੰਨ ਦੇ ਬਰਾਬਰ ਆਸਣ 'ਤੇ ਹੈ ਪੁਆਇੰਟ, ਇੱਕ ਤੋਂ ਤਿੰਨ ਦੇ ਬਰਾਬਰ। ਮਾਈਨਸ 1.5 ਸੈਂਟੀਮੀਟਰ, ਉਹਦੇ 'ਚੋਂ ਅੱਧਾ ਇੰਚ ਜਾਂ 1.5 ਸੈਂਟੀਮੀਟਰ ਅਸੀਂ ਲੈਸ ਕਰ ਦੇਣਾ। 3 ਤੋਂ 4 ਨੂੰ ਮਿਲਾਉਂਦੇ ਹੋਏ 5 ਤੱਕ ਰੇਖਾ ਖਿੱਚੋ। 3 ਤੋਂ 4 ਨੂੰ ਪਹਿਲੇ ਅਸੀਂ ਮਿਲਾ ਦੇਣਾ ਹੈ ਅਤੇ ਉਹਦੀ ਰੇਖਾ ਇੰਨੀ ਲੰਬੀ ਖਿੱਚ ਲੈਣੀ ਹੈ ਕਿ ਨੀਚੇ ਜਿੱਥੇ 2 ਪੁਆਇੰਟ ਤੱਕ ਆ ਰਹੀ ਲਾਈਨ ਉੱਥੇ ਤੱਕ 5 ਤੱਕ ਰੇਖਾ ਖਿੱਚ ਲੈਣੀ ਹੈ। 3 ਤੋਂ 6 ਹਿੱਪ ਦਾ 6ਵਾਂ ਹਿੱਸਾ, ਹਿੱਪ ਸੀ ਸਾਡੀ 72 ਸੈਂਟੀਮੀਟਰ, ਉਹਦਾ 6ਵਾਂ ਹਿੱਸਾ ਕੱਢਿਆ ਅਤੇ 12 ਸੈਂਟੀਮੀਟਰ ਆਇਆ। 3 ਤੋਂ 7 ਆਸਣ ਵੱਲ ਦੇਖੋ, 3 ਤੋਂ 7 ਹਿੱਪ ਦਾ 12ਵਾਂ ਹਿੱਸਾ ਜਮਾਂ 1 ਸੈਂਟੀਮੀਟਰ, ਹਿੱਪ ਦਾ 12ਵਾਂ ਹਿੱਸਾ ਕੱਢਿਆ ਤੇ 6 ਆਇਆ, ਉਹਦੇ 'ਚ ਜਦੋਂ 1 ਸੈਂਟੀਮੀਟਰ ਅਸੀਂ ਐਡ ਕੀਤਾ ਤੇ 7 ਸੈਂਟੀਮੀਟਰ ਆ ਗਿਆ। 3 ਤੋਂ 8 ਜਿਹੜੀ ਆਸਣ ਦੀ ਸ਼ੇਪ ਵਾਸਤੇ ਅਸੀਂ ਤਿਰਛੀ ਰੇਖਾ ਲੈਣੀ ਹੈ 45 ਡਿਗਰੀ ਤੇ, ਉਹ ਕਿੰਨੀ ਲੈਣੀ ਹੈ, 3 ਤੋਂ 7 ਦਾ ਮਾਪ ਪਹਿਲੇ ਕਰ ਲੈਣਾ, ਉਹਨੂੰ 2 ਨਾਲ ਡਿਵਾਈਡ ਕਰ ਦੇਣਾ ਤੇ ਉਹਦੇ ਵਿੱਚ 0.75 ਸੈਂਟੀਮੀਟਰ ਐਡ ਕਰ ਦੇਣਾ ਤੇ ਜੋ ਅਮਾਊਂਟ ਆਏਗਾ ਅਸੀਂ 3 ਤੋਂ 8 ਲੈ ਲੈਣਾ। ਚਾਰ ਤੋਂ ਛੇ, ਛੇ ਤੋਂ ਅੱਠ, ਅੱਠ ਤੋਂ ਸੱਤ ਅਗਲੇ ਆਸਣ ਦੀ ਸ਼ੇਪ ਦਵੋ। ਠੀਕ ਹੈ, ਹੁਣ ਅਗਲਾ ਆਸਣ ਸਾਡਾ ਰੈਡੀ ਹੋ ਚੁੱਕਾ ਹੈ। ਚਾਰ ਤੋਂ ਗਿਆਰਾਂ ਜਿਹੜਾ ਲੈਣਾ ਅਸੀਂ, ਕਮਰ ਤੇ ਦੇਖੋ, ਕਮਰ ਰੇਖਾ ਦੇ ਉੱਤੇ 0 ਪੁਆਇੰਟ ਦੇ ਕੋਲ 11 ਪੁਆਇੰਟ ਹੈ। 4 ਤੋਂ 11 ਕਮਰ ਦਾ ਚੌਥਾ ਹਿੱਸਾ ਜਮਾਂ 18.5 ਸੈਂਟੀਮੀਟਰ, 24.2 ਸੈਂਟੀਮੀਟਰ। ਇਹਦੇ ਵਿੱਚ 18.5 ਸੈਂਟੀਮੀਟਰ ਤਾਂ ਕੀਤਾ ਹੈ ਕਿਉਂਕਿ ਅਸੀਂ ਬਾਕਸ ਪਲੀਟ ਰੈਡੀ ਕਰਨੇ ਤੇ ਸਾਨੂੰ ਇੰਨਾ ਅਮਾਊਂਟ ਲੈਣਾ ਹੀ ਪਏਗਾ। 1 ਤੋਂ 12 ਹਿੱਪ ਦਾ 12ਵਾਂ ਹਿੱਸਾ, 1 ਤੋਂ 12 ਅਸੀਂ ਕੀ ਕਰਨਾ ਵਾ, ਹਿੱਪ ਦਾ 12ਵਾਂ ਹਿੱਸਾ ਲੈ ਲੈਣਾ, ਇਹ ਆਏਗਾ 6 ਸੈਂਟੀਮੀਟਰ। 2 ਤੋਂ 13 ਅਸੀਂ ਥੱਲੇ ਦੇਖੋ ਹੇਠਾਂ ਵਾਲ ਪੁਆਇੰਟ ਹੈ, 2 ਤੋਂ 13 2 ਸੈਂਟੀਮੀਟਰ ਲੈ ਲੈਣਾ। 11 ਤੋਂ 12 12 ਤੋਂ 13 ਦੀ ਸ਼ੇਪ ਦਵੋ, 11 ਤੋਂ 12 12 ਤੋਂ 13 ਦੀ ਸ਼ੇਪ ਦਵੋ। 4 ਤੋਂ 14 ਹੁਣ ਉਸ ਤੋਂ ਬਾਅਦ 4 ਤੋਂ 14 4 ਵਾਲੇ ਪੁਆਇੰਟ ਤੇ ਆ ਜਾਓ, 4 ਤੋਂ 14 ਜਿਹੜਾ ਵੈ ਉਹ 1 ਸੈਂਟੀਮੀਟਰ ਹੈ। 14 ਤੋਂ 15 ਅਸੀਂ ਪਲੀਟ ਲਈ ਲੈਣਾ 6.5 ਸੈਂਟੀਮੀਟਰ, ਅਸੀਂ ਪਲੀਟ ਬਣਾਇਆ, ਅਸੀਂ ਐਰੋ ਮਾਰਕਸ ਵੀ ਦਿੱਤੇ ਉਹਦੇ ਵਿੱਚ। 11 ਤੋਂ 15 ਅਸੀਂ ਜਿਹੜਾ ਲੈਣਾ ਹੈ, 11 ਪੁਆਇੰਟ ਦੇਖੋ ਜਿਹੜਾ ਅਸੀਂ ਕਮਰ ਤੇ ਲਿੱਤਾ ਹੈ, 11 ਤੋਂ 15 ਤੱਕ ਜਿਹੜਾ ਪੁਆਇੰਟ ਲੈਣਾ ਹੈ ਉਹ ਅਸੀਂ ਕੀ ਕਰਨਾ ਵੈ, 11 ਤੋਂ 15 ਦਾ ਅੱਧ ਕਰਕੇ ਉਸਨੂੰ 16 ਨਾਮ ਦਿਓ। 11 ਤੋਂ 15 ਦਾ ਅੱਧ ਕਰਕੇ 16 ਨਾਮ ਆ ਜਾਏਗਾ, 16 ਪੁਆਇੰਟ ਜਿਹੜਾ ਆ ਜਾਏਗਾ ਉਹਦੇ ਤੋਂ ਅਸੀਂ ਫਿਰ ਪਲੀਟ ਰੈਡੀ ਕਰਨਾ ਹੈ। 16 ਤੋਂ 17 16 ਤੋਂ 18 5 ਸੈਂਟੀਮੀਟਰ ਹੈ ਪਲੀਟ ਲਈ। 11 ਤੋਂ 19 ਹਿੱਪ ਦਾ 6ਵਾਂ ਹਿੱਸਾ, 11 ਤੋਂ 19 ਦੇਖੋ ਹਿੱਪ ਦਾ 6ਵਾਂ ਹਿੱਸਾ ਕਿਉਂ ਕੀਤਾ, ਕਿਉਂਕਿ ਅਸੀਂ ਇੱਥੇ ਪੋਕਟ ਲਗਾਉਣੀ ਹੈ ਤਾਂ ਕਰਕੇ, ਜਾਂ ਅਸੀਂ ਪਲੈਕਟ ਲਗਾਉਣੀ ਹੈ ਤਾਂ ਕਰਕੇ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ। ਹਿੱਪ ਦਾ 6ਵਾਂ ਹਿੱਸਾ ਮਾਈਨਸ 2.5 ਸੈਂਟੀਮੀਟਰ, ਅਸੀਂ 10 ਸੈਂਟੀਮੀਟਰ ਸਾਈਡ ਪਲੀਟ ਲਈ ਲਵਾਂਗੇ। ਬੈਕ 7 ਤੋਂ 20 7 ਪੁਆਇੰਟ ਦੇਖੋ ਜਿਹੜਾ ਆਸਣ ਵੱਲ ਸੀ, ਅਗਲੇ ਆਸਣ ਦਾ ਪੁਆਇੰਟ ਸੀ, ਹੁਣ ਅਸੀਂ ਪਿਛਲਾ ਆਸਣ ਰੈਡੀ ਕਰਨਾ ਹੈ, ਬੈਕ ਕਰਨ ਲੱਗੇ ਹਾਂ ਤੇ ਸਾਨੂੰ ਅਗਲੇ ਪੁਆਇੰਟ ਪਤਾ ਹੋਣੇ ਚਾਹੀਦੇ ਨੇ, ਇਸ ਕਰਕੇ ਅਸੀਂ ਇਹਨੂੰ ਡਰਾਫਟ ਨੂੰ ਇਕੱਠਾ ਕੀਤਾ ਵੈ। 7 ਤੋਂ 20 9 ਤੋਂ 21 ਦੇ ਬਰਾਬਰ, ਨੀਚੇ ਹੇਠਾਂ ਦੇਖੋ 9 ਤੋਂ 21 ਹੈ, ਇਹਨਾਂ ਦਾ ਦੋਵਾਂ ਦਾ ਜਿਹੜਾ ਡਿਸਟੈਂਸ ਹੋਏਗਾ ਇੱਕੋ ਹੋਏਗਾ, 14 ਸੈਂਟੀਮੀਟਰ। 20 ਤੋਂ 21 ਨੂੰ ਮਿਲਾਓ, 20 ਤੋਂ 21 ਨੂੰ ਅਸੀਂ ਟੇਢੀ ਰੇਖਾ 'ਚ ਮਿਲਾ ਦੇਣਾ। 21 ਤੋਂ 22 ਅਸੀਂ ਲੈਣਾ ਵੈ 9 ਤੋਂ 10 ਦੇ ਬਰਾਬਰ, 9 ਤੋਂ 10 ਪਹਿਲੇ ਮਾਪ ਲੈਣਾ ਕਿੰਨਾ ਆ ਰਿਹਾ ਤੇ ਫਿਰ 21 ਤੋਂ 22 ਮਾਪ ਲੈਣਾ ਤੇ 22 ਤੋਂ 5 ਤੱਕ ਦੀ ਸ਼ੇਪ ਦੇ ਦੇਣੀ ਹੈ। 7 ਤੋਂ 23 2 ਸੈਂਟੀਮੀਟਰ, 7 ਜਿਹੜਾ ਪੁਆਇੰਟ ਆਸਣ ਦਾ ਅਗਲੇ ਆਸਣ ਦਾ ਪੁਆਇੰਟ ਹੈ, ਉੱਥੋਂ ਅਸੀਂ ਪਿੱਛੇ ਨੂੰ ਜਾਣਾ 23 ਸੈਂਟੀਮੀਟਰ 2 ਸੈਂਟੀਮੀਟਰ ਆ ਜਾਣਾ 23 ਪੁਆਇੰਟ ਤੱਕ। 4 ਤੋਂ 24 2 ਸੈਂਟੀਮੀਟਰ, 4 ਤੋਂ ਅਸੀਂ ਜਿਹੜਾ 24 ਪੁਆਇੰਟ ਉੱਤੇ ਨੂੰ ਖਿੱਚਣਾ ਵੈ, 4 ਦੇਖੋ ਪੁਆਇੰਟ ਕਮਰ ਦਾ ਪੁਆਇੰਟ ਸੀ ਸਾਡਾ ਪਹਿਲੀ ਕਮਰ ਦਾ, ਫਰੰਟ ਦੀ ਕਮਰ ਦਾ, 4 ਤੋਂ 24 ਤੱਕ ਅਸੀਂ ਜਿਹੜਾ 14 ਦੇ ਨਾਲ ਹੀ ਪੁਆਇੰਟ ਬਣਦਾ ਹੈ, ਬਿਲਕੁਲ ਥੋੜੇ ਡਿਸਟੈਂਸ ਤੇ ਆਉਂਦਾ ਹੈ, 4 ਤੋਂ 24 2 ਸੈਂਟੀਮੀਟਰ ਲੈਣਾ ਹੈ।
तई तो चवी नू मिलाओ उसनू 2.5 सेंटीमीटर वधा के 25 नाम दो। हुण 24 तो 25 जिहड़ा है वह साडा असी उत्ते वल नू वधा देना है। बैक तुहानू पता है हमेशा जिहड़ी आसन वाली असी कोई भी चीज बनाने आ ते वड्डी हुंदी है, इस करके असी बैक थोड़ी वधाई है। 25 तो 26 ध्यान दिओ, 25 तो 26 जिहड़ा पॉइंट है वह कमर का पिछली कमर का पॉइंट है, कमर का चौथा हिस्सा जमा 20.5 सेंटीमीटर 35 सेंटीमीटर कमर का चौथा हिस्सा कढ़ो तो साडा आंदा है 14.5 सेंटीमीटर। ये असी 20.5 सेंटीमीटर जो ऐड करांगे तो 35 सेंटीमीटर बराबर होना चाहिए। 31 तो 32 जिहड़ा सी पिछला आसन वधाया है जिहड़ी पिछे कमर उत्ते नूं खिंची है उहदे विच देखो 31 तो 32 10 सेंटीमीटर 13 तो 27 2.5 सेंटीमीटर 13 तो 27 भी ध्यान नाल देखो किधर है पॉइंट 13 तो 27 वाले पॉइंट जिथे असी लंबाई नूं खत्म करदे आ 13 तो 27 उत्थे पॉइंट है। 12 तो 28 असी बार वाल नूं लैणा है क्योंकि असी है पेंट कट जिदा मारी है ओदा ही असी ड्राफ्टिंग करते पे हैं। 12 तो 28 असी 28 तो 27 नूं शेप देवो। 25 तो 19 तक देखो कमर दे उत्ते पॉइंट है 25 तो 19 असी क्या लैणा वै 25 तो 29 असी लैणा 1 सेंटीमीटर 29 तो 30 असी फिर 6.5 सेंटीमीटर लैणा प्लीट लई 30 तो 31 15 तो 27 17 दे थले पहले 15 तो 17 का माप लै लैना कि आया वै उ असी 30 तो 31 लै लैना है 31 तो 32 10 सेंटीमीटर फिर असी प्लीट लई लैना है 32 तो 31 का अर्ध करके 32 तो 31 का अर्ध करके असी एक पॉइंट लवेंगे उदा अर्ध करके उसनू 33 लवेंगे 33 पॉइंट इतने थोड़ा असी मिस कर गए हाँ तो असी तुहानू दस दिने कि 31 तो 32 का मिड करा 33 पॉइंट आ जाएगा। हिप का 12 सेंटीमीटर 34 तो 35 7.5 सेंटीमीटर 34 तो 35 उपर 2.5 सेंटीमीटर चौड़ा असी प्लीट बना लाँगे। साइड से देखो एक छोटा प्लीट बनाया है जिथे 0 से 11 पॉइंट है वह 34 तो 35 है। हम असी ड्राइंग जा रहे हैं 0 2 तो 3 दे बराबर 4 सेंटीमीटर 0 तो 2 1 तो 3 दे बराबर कमर का दूजा हिस्सा 56 का दूजा हिस्सा किया तो साढ़ा 28 सेंटीमीटर आ गया 2 तो 4 3 तो 5 दे बराबर 3 सेंटीमीटर बटन टेप लई ऐसी साड़ी जिहड़ी असी डिवाइडेड स्कर्ट दे नाल बेल्ट लगानी है उहदी ड्राफ्टिंग लेआउट ऑफ डिवाइडेड हुण डिवाइडेड दा लेआउट असी डिस्कस कर लैंदे हां। एस्टीमेशन ऑफ क्लोथ अनुमानित कपड़ा जिहड़ा उहदे च लगेगा वो असी डिस्कस करेंगे यूज किया 1:5 किया जिवें 100 सेंटीमीटर अर्ज विच डिवाइडेड स्कर्ट 230 सेंटीमीटर कपड़ा लगेगा जिहड़ा किलोमीटर 3 पॉइंट के बराबर है। हुण असी लेआउट समझने हां कि लेआउट असी किदां कढ़िया वै कपड़ा किदां कढ़िया है। मैं इंस्ट्रक्शन डिस्कस करांगे भी इहदी कटिंग किदां करनी है। इहदी कटिंग जिहड़ी है बहुत सिंपल है, कटिंग करदे हां उसे तरह ही इहदी भी कटिंग करदे हां। कटिंग इंस्ट्रक्शन सब तो पहला कपड़े नूं टेबल उपर विछाओ, पैटर्न नूं पेन दे नाल लेआउट मुताबिक कपड़े उपर जमाओ, लोड़िंदा सही हक लै के कपड़े करो। स्टैप नंबर 3 ड्राफ्ट तो वेख के अगले अते पिछले हिस्से विच प्लीटां दी घेरे तक नॉचिस लगा के मार्किंग करो। यह सब तो इंपॉर्टेंट है क्योंकि जी ड्राफ्ट
ਪਲੀਟਾਂ ਦੀ ਬਿਲਕੁਲ ਸਹੀ ਮਾਰਕਿੰਗ ਨਹੀਂ ਕਰਾਂਗੇ ਤੇ ਸਾਡੇ ਪਲੀਟ ਜਿਹੜੇ ਹੈ ਉਹ ਗਲਤ ਬਣਨਗੇ, ਜਿਹਦੇ ਨਾਲ ਕੀ ਹੋਏਗਾ ਸਾਡੀ ਫਿਟਿੰਗ ਤੇ ਫਰਕ ਪਏਗਾ। ਸਟੈਪ ਨੰਬਰ 4, ਸਕਰਟ ਉੱਪਰ 1.5 ਸੈਂਟੀਮੀਟਰ ਸਿਲਾਈ ਹੱਕ ਜੋੜਨ ਲਈ, ਬੈਲਟ ਜੋੜਨ ਲਈ ਸਿਲਾਈ ਹੱਕ ਲਵੋ, ਘੇਰੇ ਨੂੰ ਫਿਨਿਸ਼ ਕਰਨ ਲਈ 8 ਸੈਂਟੀਮੀਟਰ ਸਿਲਾਈ ਹੱਕ ਲਵੋ, ਸਾਈਡ ਸੀਮ ਜੋੜਨ ਲਈ 2.5 ਸੈਂਟੀਮੀਟਰ ਸਿਲਾਈ ਹੱਕ ਲਵੋ। ਸਟੈਪ ਨੰਬਰ 5, ਬੈਲਟ ਫਿਨਿਸ਼ ਕਰਨ ਲਈ 1.5 ਸੈਂਟੀਮੀਟਰ ਦਾ ਸਿਲਾਈ ਹੱਕ ਲਵੋ, ਪਲੈਕਟ ਫਿਨਿਸ਼ ਕਰਨ ਲਈ 10 ਸੈਂਟੀਮੀਟਰ ਲੰਬਾਈ, 8 ਸੈਂਟੀਮੀਟਰ ਚੌੜੀ ਦੇ ਦੋ ਪੱਟੀਆਂ ਕੱਟੋ। ਸਟੈਪ ਨੰਬਰ 7, ਲਗਾਏ ਗਏ ਨਿਸ਼ਾਨਾਂ ਉੱਪਰ ਕੈਂਚੀ ਨਾਲ ਕਟਾਈ ਕਰੋ। ਐਸੀ ਸਾਡੀਆਂ ਕਟਿੰਗ ਇੰਸਟਰਕਸ਼ਨ। ਹੁਣ ਅਸੀਂ ਸੀਨ ਕਰਦੇ ਜਾਂਦੇ ਹਾਂ, ਸੀਨੀ ਕਿੱਦਾਂ ਕਰਨੀ ਹੈ, ਇਹਦੀ ਸਿਲਾਈ ਕਿੱਦਾਂ ਕਰਨੀ ਹੈ। ਸਟਿਚਿੰਗ ਇੰਸਟਰਕਸ਼ਨ ਸਟੈਪ ਨੰਬਰ 1, ਸਭ ਤੋਂ ਪਹਿਲਾਂ ਅਗਲੇ ਅਤੇ ਪਿਛਲੇ ਸਾਈਡ ਲੈਗਸ ਸਿਲਾਈ ਕਰਕੇ, ਜਿਹੜੀ ਲੈਗ ਹੁੰਦੀ ਹੈ ਅਸੀਂ ਇਹਨੂੰ ਇੱਥੇ ਲੱਕ ਕਹਾਂਗੇ, ਉਹਨੂੰ ਸਿਲਾਈ ਕਰਕੇ ਆਸਨ ਕੱਟ ਪਜਾਮਾ ਜੋੜੋ। ਸਟੈਪ ਨੰਬਰ 2, ਲਗਾਏ ਗਏ ਨਿਸ਼ਾਨਾਂ ਉੱਪਰ ਪਲੀਟ ਕਰੋ ਅਤੇ ਪ੍ਰੈਸ ਕਰਕੇ ਪਲੀਟਾਂ ਦੀਆਂ ਕਰੀਜ਼ਾਂ ਸੈੱਟ ਕਰਕੇ ਸਿਲਾਈ ਕਰੋ। ਅਸੀਂ ਜਿਹੜੇ ਅਸੀਂ ਪੁਆਇੰਟ ਮਾਰਕ ਕੀਤੇ ਆ ਪਲੀਟਾਂ ਦੇ, ਉਹਨੂੰ ਪ੍ਰੋਪਰ ਲਗਾ ਦੇਣਾ ਤੇ ਉੱਥੇ ਅਸੀਂ ਕੀ ਕਰਨਾ ਹੈ, ਪਲੀਟ ਬਣਾਉਣਾ ਹੈ। ਪਲੀਟ ਬਣਾਉਣ ਤੋਂ ਬਾਅਦ ਪ੍ਰੈਸਿੰਗ ਕਰ ਦੇਣੀ, ਨਾ ਮਜ਼ਬੂਤ ਪਕੜ ਬਣਾ ਦੇਣੀ ਹੈ ਤੇ ਉਸ ਤੋਂ ਬਾਅਦ ਉੱਥੇ ਸਿਲਾਈ ਲਗਾ ਦੇਣੀ। ਸਟੈਪ ਨੰਬਰ 3, ਸਾਈਡ ਸੀਮ ਲਗਾਉਂਦੇ ਹੋਏ ਖੱਬੇ ਪਾਸੇ 2 ਪੀਸ ਪਲੈਕਟ ਨੂੰ ਕੰਟੀਨਿਊਸ ਪਲੈਕਟ ਵੀ ਲਗਾ ਸਕਦੇ ਹਾਂ, ਅਸੀਂ ਜ਼ਿਪ ਵੀ ਲਗਾ ਸਕਦੇ ਹਾਂ ਆਪਣੀ ਪਲੈਕਟ ਓਪਨਿੰਗ ਵਾਸਤੇ। ਜੋ ਤੁਹਾਡਾ ਦਿਲ ਕਰੇ ਤੁਸੀਂ ਉਹ ਲਗਾ ਸਕਦੇ ਹੋ, ਅਕੋਰਡਿੰਗ ਟੂ ਦਾ ਫੈਸ਼ਨ ਤੇ ਅਕੋਰਡਿੰਗ ਟੂ ਦਾ ਕਸਟਮਰ ਡਿਮਾਂਡ। ਕਸਟਮਰ ਦੀ ਜੋ ਡਿਮਾਂਡ ਹੈ ਉਹਦੇ ਅਕੋਰਡਿੰਗਲੀ ਅਸੀਂ ਇੱਥੇ ਚੇਂਜਿਸ ਕਰ ਸਕਦੇ ਹਾਂ। ਸਟੈਪ ਨੰਬਰ 4, ਇਸ ਪੜਾਅ ਉੱਪਰ ਬੈਲਟ ਨੂੰ ਸਿਲਾਈ ਕਰਕੇ ਤਿਆਰ ਕਰੋ। ਤਿਆਰ ਕੀਤੀ ਹੋਈ ਬੈਲਟ ਨੂੰ ਕਮਰ ਨਾਲ ਸਿਲਾਈ ਕਰਕੇ ਜੋੜੋ। ਸਟੈਪ ਨੰਬਰ 4, ਸਕਰਟ ਦੇ ਘੇਰੇ ਨੂੰ ਫਿਨਿਸ਼ ਕਰਨ ਲਈ ਅਨਿਊਲੇਡੀ ਨਾਲ ਫਿਨਿਸ਼ ਕਰੋ, ਮਤਲਬ ਇਨਵਿਜ਼ੀਬਲ ਹੈਮਿੰਗ ਕਰਨੀ ਹੈ ਤਾਂ ਕਿ ਸਾਡਾ ਜਿਹੜਾ ਫਿਨਿਸ਼ ਪ੍ਰੋਡਕਟ ਹੈ, ਫਿਨਿਸ਼ ਜਿਹੜੀ ਸਕਰਟ ਬਣ ਕੇ ਆਏ ਉਹ ਬਹੁਤ ਹੀ ਸੋਹਣੀ ਲੱਗੇ। ਸਟੈਪ ਨੰਬਰ 6, ਆਖਿਰ ਦੇ ਸਟੈਪ ਉੱਪਰ ਸਕਰਟ ਦੀ ਚੌੜੀ ਹੁੱਕ ਅਤੇ ਛੋਟੀਆਂ ਹੁੱਕਾਂ ਹੱਥ ਨਾਲ ਲਗਾਓ ਅਤੇ ਉਸਦੀਆਂ ਹਾਈਆਂ ਬਣਾਓ। ਅਸੀਂ ਇਹਦੇ ਵਿੱਚ ਕੀ ਕਰਨਾ ਹੈ, ਹੱਥ ਦੇ ਨਾਲ ਹੀ ਹੁੱਕਾਂ ਲਗਾਉਣੀਆਂ ਤੇ ਹੱਥ ਦੇ ਨਾਲ ਹੀ ਉਹਦੀਆਂ ਹਾਈਆਂ ਬਣਾਉਣੀਆਂ ਤੇ ਹਾਈਆਂ ਬਹੁਤ ਸਾਫ਼ ਬਣੀਆਂ ਹੋਣੀਆਂ ਚਾਹੀਦੀਆਂ ਤਾਂ ਕਿ ਅਸੀਂ ਸਟਿਚਿੰਗ ਦੇ ਸਟੂਡੈਂਟਸ ਹਾਂ ਤੇ ਫੈਸ਼ਨ ਦੇ ਸਟੂਡੈਂਟਸ ਹਾਂ, ਆਪਣੇ ਕਿੱਤੇ ਦੇ ਅਕੋਰਡਿੰਗਲੀ ਬਹੁਤ ਹੀ ਸਾਫ਼ ਕੰਮ ਕਰਨਾ ਚਾਹੀਦਾ ਹੈ। ਹਾਂਜੀ, ਹੁਣ ਕਿਸੇ ਦੀਆਂ ਕੁਐਰੀਜ਼ ਹੈ ਤੇ ਉਹ ਮੇਰੇ ਪੁੱਛ ਸਕਦੇ ਹੋ। ਪੰਜਾਬ ਸਰਕਾਰ ਦੇ ਦੁਆਰਾ ਮਿਸ਼ਨ ਫਤਿਹ ਚਲਾਇਆ ਜਾ ਰਿਹਾ ਹੈ, ਜ਼ਿੰਦਗੀਆਂ ਨੂੰ ਬਚਾਓ। ਸਟੈਪ ਨੰਬਰ 1, ਸਟੈਪ ਨੰਬਰ 2, ਸੇਫ ਡਿਸਟੈਂਸ ਰੱਖੋ ਆਪਸ ਦੇ ਵਿੱਚ, ਸੋਸ਼ਲ ਡਿਸਟੈਂਸ ਬਣਾਏ ਰੱਖੋ। ਸਟੈਪ ਨੰਬਰ 3, ਆਪਣੇ ਹੱਥ ਧੋਵੋ। ਸਟੈਪ ਨੰਬਰ 4, ਕਵਰ ਯੂਰ ਕਫ, ਜੇ ਤੁਹਾਨੂੰ ਕੋਈ ਪ੍ਰੋਬਲਮ ਹੈ, ਨੀਛਾਂ ਆ ਰਹੀਆਂ ਜਾਂ ਛਿੱਕਾਂ ਆ ਰਹੀਆਂ ਜਾਂ ਖਾਂਸੀ 'ਚ ਪ੍ਰੋਬਲਮ ਹੈ ਕੋਈ ਇਹੋ ਜਿਹੀ, ਤੇ ਆਪਣਾ ਮੂੰਹ ਤੇ ਹੱਥ ਦੇ ਨਾਲ ਧੋਂਦੇ ਰਹੋ ਤੇ ਕਵਰ ਕਰਕੇ ਰੱਖੋ। ਸਟੈਪ ਨੰਬਰ 5, ਜੇ ਬਿਮਾਰ ਹੋ ਤੇ ਹੈਲਪਲਾਈਨ ਨੰਬਰ 104 ਉੱਤੇ ਤੁਸੀਂ ਕੰਟੈਕਟ ਕਰੋ। ਪੰਜਾਬ ਸਰਕਾਰ ਦੁਆਰਾ, ਹਾਂਜੀ ਹਾਂਜੀ ਮੈਮ, ਤੁਸੀਂ ਦੋਨੋਂ ਡਰਾਫਟਿੰਗ, ਹੈਲੋ ਮੈਮ, ਦੋਨੋਂ ਡਰਾਫਟਿੰਗ ਦੀ ਡਰਾਫਟਿੰਗ ਵਾਲੀ ਸਕਰੀਨ ਸ਼ੇਅਰ ਕਰ ਦੋਗੇ? ਸਕਰੀਨਸ਼ਾਟ ਲੈਣੇ ਸੀ ਮੈਮ। ਹਾਂਜੀ, ਦੋਨੋਂ ਦੋਨੋਂ ਸਕਰਟ ਕਰ ਦਿੰਨੇ ਕਰ ਦੇ। ਮੈਂ ਤੇ ਤਿੰਨ ਸਕਰਟਸ ਕਰਵਾਈਆਂ, ਕਿਹੜੀ ਕਿਹੜੀ ਕਹਿ ਰਹੇ ਹੋ? ਇੱਕ ਡਿਵਾਈਡ, ਤਿੰਨੋਂ ਹੀ ਕਰ ਦੋ ਮੈਮ। ਚਲੋ ਆ ਪਹਿਲੇ ਇਹਦੀ ਦੇਖ ਲਓ ਡਿਵਾਈਡ ਦੀ।
ओके ओके मैम क्लास ओके मैम नेक्स्ट मैम अच्छा और बाकी दिया भी चाहिए हैं हाँ जी मैम एक सेकंड एक सेकंड ओके मैम मैम मेरी मेजरमेंट ही ओके मैम नेक्स्ट मैम नेक्स्ट मैम हाँ जी हो गया हाँ जी हो रही है प्लीज शेयर करो दसो मैनू हेलो जी मैम मैं अनम्यूट करता हेलो जी जी विभा जी हाँ जी कुछ क्वेश्चंस हाँ जी मैम कुछ किसी दे क्वेश्चंस है तो प्लीज पूछो मैम स्टार्टिंग तो कर दो हाँ जी किसी दे क्वेश्चन पूछो मैम स्टार्टिंग तो तुम्हें कुछ ओदी ड्राफ्टिंग मतलब ड्राफ्टिंग मैम पिक लेनी सी कि स्टार्टिंग तो कर दो सी लेट ज्वाइन करया थोड़ा इसको बैक स्लाइड करना एक जो इम्पोर्टेंट मेजरमेंट थे हाँ जी कुछ पूछना है तो पूछ सकते हो बेटा हाँ जी अमनप्रीत हैंड रेज किया है हु इज अमनप्रीत अमनप्रीत प्लीज अपना क्वेश्चन पूछे मेनू थैंक यू मैम थैंक यू हाँ जी अमन हाँ जी थैंक यू हाँ जी अमनप्रीत क्वेश्चन पूछे मैम नेक्स्ट स्लाइड करना किसी दे कोई क्वेश्चंस है तो प्लीज क्वेश्चंस पूछो बेटा मैम ड्राफ्टिंग वाली है दी थैंक यू मैम हाँ जी कोई क्वेश्चंस है किसी दे मैम जेड तुसे लास्ट ड्राफ्टिंग दिखाई है हुन स्कर्ट दी हाँ जी मैम डबल फोल्ड करके रखे है कपड़ा नहीं जी डबल फोल्ड नहीं मैं लास्ट जेड़ी ड्राफ्टिंग डिवाइडेड स्कर्ट दी गल कर रहे हो तुसी हाँ जी मैम डिवाइडेड हाँ डिवाइडेड स्कर्ट मैं दोबारा तुहानू ओहदा लेआउट दिखानी आ ड्राफ्टिंग जी मैम ड्राफ्टिंग जी एक सेकंड जरा हाँ जी इधर देखो ड्राफ्टिंग ये ना कागज से करनी है मेन है कि लेआउट दे विच तुसी कपड़ा अनफोल्ड लेना है लेना लेआउट दे विच तुसी देखो मैं सारा तो फ्रंट ते दो साइडा कड्डियां ने पहले उसके हेठा मैं बैठ दी है तो सिलाई हक दी है मैं कोई भी चीज अनफोल्ड नहीं कड्डी ओके हाँ जी कोई चीज असि अनफोल्ड नहीं करनी असि साइड ते सिलाई हक लेने है ते सिलाई हक जेड़े कितने लेने
ਮੈਮ ਜਿੱਦਾਂ ਤੁਹਾਡੀਆਂ ਇਹ ਸਕੀਮਸ ਦੀਆਂ ਹੋਰ ਵੀ ਹੁੰਦੇ ਨੇ ਮੈਮ ਡਰਾਫਟਿੰਗ ਵਗੈਰਾ ਅਸੀਂ ਤੁਹਾਡੇ ਕਿਹੜੇ ਪੇਜ ਦੇ ਉੱਤੋਂ ਲੈ ਸਕਦੇ ਬੇਟਾ ਇਹ ਜਿਹੜੀ ਹੈ ਅਪਲੋਡ ਹੋ ਜਾਂਦੀ ਹੈ ਨਿੰਮੀ ਦਾ ਜਿਹੜਾ ਚੈਨਲ ਹੈ ਜਾਂ ਹਾਂਜੀ ਉਹਦੇ ਤੇ ਅਪਲੋਡ ਹੋ ਜਾਣੀ ਤੇ ਤੁਸੀਂ ਦੇਖ ਸਕਦੇ ਹੋ ਜੀ ਮੈਂ ਸਭ ਦਾ ਥੈਂਕਸ ਕਰਦੀ ਹਾਂ ਆਪਣੇ ਡਿਪਾਰਟਮੈਂਟ ਆਫ ਟੈਕਨੀਕਲ ਐਜੂਕੇਸ਼ਨ ਇੰਡਸਟਰੀ ਟ੍ਰੇਨਿੰਗ ਵਿੰਗ ਦਾ ਜਿਹਨੇ ਮੈਨੂੰ ਪਲੈਟਫਾਰਮ ਦਿੱਤਾ ਹੈ ਤੇ ਮੈਂ ਤੁਹਾਡੇ ਤੱਕ ਰੂਬਰੂ ਹੋ ਸਕੀ ਹਾਂ ਨੂੰ ਆਪਣੇ ਟੌਪਿਕਸ ਤੇ ਤੁਹਾਡੇ ਨਾਲ ਡਿਸਕਸ ਕਰ ਸਕੀ ਹਾਂ ਸਾਰੇ ਪਾਰਟਿਸਪੈਂਟਸ ਦਾ ਮੈਂ ਬਹੁਤ ਕਰਦੀ ਹਾਂ ਕੰਟੈਕਟ ਡਿਟੇਲਸ ਥੱਲੇ ਲਿਖੀਆਂ ਨੇ ਦੇਖ 8284905 ਨੰਬਰ ਹੈ ਈਮੇਲ ਐਡਰੈਸ ਵੀ ਨੀਚੇ ਲਿਖਿਆ ਹੈ ਜੇ ਕਿਸੇ ਨੇ ਕੋਈ ਕੁਐਸਚਨ ਪੁੱਛਣਾ ਹੈ ਤੇ ਈਮੇਲ ਵੀ ਕਰ ਸਕਦਾ ਹੈ chauhanvibhasara@yahoo.in ਇਹ ਮੇਰਾ ਈਮੇਲ ਐਡਰੈਸ ਹੈ ਜੇ ਤੁਹਾਡੇ ਕੋਈ ਵੀ ਕੁਐਸਚਨਸ ਹੈ ਤੇ ਪਲੀਜ਼ ਤੁਸੀਂ ਮੇਰੇ ਕੋਲ ਪੁੱਛ ਸਕਦੇ ਹੋ ਮੈਨੂੰ ਫੋਨ ਕਰ ਸਕਦੇ ਹੋ ਮੈਨੂੰ ਕੰਟੈਕਟ ਕਰ ਸਕਦੇ ਹੋ ਐਨੀ ਟਾਈਮ ਹਾਂਜੀ ਠੀਕ ਹੈ ਮੈਮ ਥੈਂਕ ਯੂ ਸੋ ਮਚ ਮੈਮ ਥੈਂਕ ਯੂ ਜੀ ਥੈਂਕ ਯੂ ਮੈਮ ਥੈਂਕ ਯੂ ਥੈਂਕ ਯੂ ਓਕੇ ਜੀ